ਠੀਕ ਹੈ ਕੁਛ ਜਿਹੜੇ ਤੁਸੀਂ ਦੱਸਿਆ ਵੀ ਸਾਨੂੰ ਸੰਗਠਿਤ ਹੋ ਕੇ ਚੱਲਣਾ ਚਾਹੀਦਾ, ਉਹ ਗੱਲ ਇਹ ਪਹਿਲਾਂ ਉਦੋਂ ਵੀ ਆਈ ਸੀ, ਪਰ ਕਿਉਂਕਿ ਜਿਹੜੇ ਬਜ਼ੁਰਗ ਸੀਗੇ ਉਹ ਕਹਿੰਦੇ ਵੀ ਇੰਨੀ ਸਮਰੱਥਾ ਤਾਂ ਆਪਣੀ ਨਹੀਂ ਹੋਣੀ, ਕਿਉਂਕਿ ਜਦੋਂ ਆਪਾਂ ਰਿਟਾਇਰ ਹੋ ਜਾਂਦੇ ਹਾਂ, ਚਲੋ ਕੁਛ ਰਿਟਾਇਰ ਹੋ ਗਏ ਸੀ, ਕੁਛ ਰਿਟਾਇਰ ਹੋਣ ਵਾਲੇ ਸੀਗੇ, ਵੀ ਥੋੜ੍ਹੀ ਜਿਹੀ ਹਰ ਪਾਸੇ ਤਾਕਤ ਘੱਟਦੀ ਆ, ਅਤੇ ਆਪਾਂ ਘੱਟੋ ਘੱਟ ਬੈਠਿਆ ਕਰੀਏ, ਮਹੀਨੇ ਬਾਅਦ ਜਾਂ ਦਸ ਹਫ਼ਤੇ ਬਾਅਦ ਵੀ ਕਰ ਲੈਂਦੇ ਸੀ, ਰੱਖ ਲੈਂਦੇ ਇੱਕ ਦਿਨ ਵੀ ਚਲੋ ਚਾਹ ਹੀ ਪੀ ਲਿਆ ਕਰਾਂਗੇ, ਇੱਕ ਕਿਸੇ ਦੇ ਘਰ ਰੱਖ ਲੈਣੀ ਵੀ ਸਾਂਝ ਹੋ ਜਾਂਦੀ ਸੀ, ਉਸ ਤਰ੍ਹਾਂ ਕਰਦੇ ਰਹੇ। ਅਤੇ ਹੁਣ ਚਲੋ ਇਹਨੂੰ ਅੱਗੇ ਵਧਾਇਆ, ਡਾਕਟਰ ਸਾਹਿਬ ਆਏ ਨੇ, ਸ਼ਮਿੰਦਰ ਸਿੰਘ ਹੁਣੀ ਆਏ ਨੇ, ਡਾਕਟਰ ਸਾਹਿਬ ਵੀ ਆਏ ਨੇ, ਅਤੇ ਹੋਰ ਵੀ ਵੀਰ ਜੀ ਆਏ ਨੇ, ਅਤੇ ਗੱਲਾਂ ਬਹੁਤ ਵਧੀਆ ਲੱਗੀਆਂ ਨੇ, ਅਤੇ ਅਸੀਂ ਉਹਦੇ 'ਚ ਪੂਰਾ ਆਪਣੇ ਵੱਲੋਂ ਯਤਨ ਹੋਊਗਾ ਵੀ ਸਹਿਯੋਗ ਦੀ ਜਿਹੋ ਜਿਹਾ ਕਰ ਦੇ ਸਕਦੇ ਹਾਂ। ਜੋ ਵੀ ਸਾਨੂੰ ਕੋਈ ਕਮੀਆਂ ਪੇਸ਼ੀਆਂ ਨੁਕਸ ਫਰਕ ਦਿਸ ਰਹੇ ਹੈ ਉਹਨਾਂ ਸਾਰਿਆਂ ਨੂੰ ਆਪਾਂ ਦੇਖਦੇ ਹਾਂ, ਨੋਟ ਕਰਦੇ ਹਾਂ ਅਤੇ ਹੰਢਾਉਂਦੇ ਵੀ ਹੈ। ਅਤੇ ਸਾਡੀਆਂ ਬਹੁਤੀਆਂ ਸਮੱਸਿਆਵਾਂ ਜਿਹੜੀਆਂ ਨੇ, ਸਾਡੀ ਆਪਦੀ ਲਾਈਫ ਦੀਆਂ ਆਪਦੀਆਂ ਪਰਸਨਲ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਉਹਨਾਂ ਸਾਰੀਆਂ ਸਾਂਝੀਆਂ ਸਮਾਜਿਕ ਸਮੱਸਿਆਵਾਂ ਨਾਲ ਬੜਾ ਗੂੜਾ ਸੰਬੰਧ ਹੈ। ਮਿਸਾਲ ਦੇ ਤੌਰ 'ਤੇ ਇਹ ਸਾਡੀ ਮੀਟਿੰਗ ਸੋਸ਼ਲ ਸਮਾਜ ਲਈ ਹੈ, ਸਮਾਜ ਦੇ ਵਿੱਚ ਜਿਹੜੀਆਂ ਵੀ ਬੇਇਨਸਾਫੀਆਂ, ਬੇਰੁਜ਼ਗਾਰੀ ਦੇ ਪੱਖ ਤੋਂ ਹੋਣ, ਬਜ਼ੁਰਗਾਂ ਦੇ ਨਾਲ ਕੋਈ ਧੱਕੇ ਉਹਨਾਂ ਦੀਆਂ ਪੈਨਸ਼ਨਾਂ ਦੇ ਸੰਬੰਧ 'ਚ ਹੋਵੇ, ਜਾਂ ਵਿਗੜ ਰਹੇ ਇਨਵਾਇਰਮੈਂਟ ਬਾਰੇ ਹੋਵੇ, ਜਾਂ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਮਨੁੱਖ ਦੇ ਵਿੱਚ, ਬੇਇਨਸਾਫੀ ਹੈ ਸਿਰਫ ਪੈਸੇ ਦੀ ਦੌੜ ਨੂੰ ਲੈ ਕੇ, ਇਹ ਸਾਰੀਆਂ ਜਿੰਨੀਆਂ ਵੀ ਸਮਾਜਿਕ ਗੱਲਾਂ ਨੇ, ਸੋਸ਼ਲ ਸਿਕਿਉਰਿਟੀ ਦੀ ਗੱਲ ਹੈ, ਇਨਵਾਇਰਮੈਂਟ ਖਰਾਬ ਹੋਣ ਦੀ ਗੱਲ ਹੈ, ਹਵਾ ਖਰਾਬ ਹੋਣ ਦੀ ਗੱਲ ਹੈ, ਪਾਣੀ ਖਰਾਬ ਹੋਣ ਦੀ ਗੱਲ ਹੈ, ਸਾਡਾ ਭੋਜਨ ਜ਼ਹਿਰੀਲਾ ਹੋਣ ਦਾ, ਜਿੰਨੀਆਂ ਵੀ ਮਤਲਬ ਇਹ ਸਾਰੀਆਂ ਸਮੱਸਿਆਵਾਂ ਨੇ, ਇਹ ਸਮੱਸਿਆਵਾਂ ਨੂੰ ਲੈ ਕੇ ਅਸੀਂ ਹਰ ਸੰਗਰਾਂਦ ਨੂੰ, ਮੇਲੇ ਦੀ ਸੰਗਰਾਂਦ ਵਾਲੇ ਦਿਨ ਅਸੀਂ ਇਹ ਮੀਟਿੰਗ ਕਰਦੇ ਹਾਂ, ਔਰ ਜਿਹੜੀਆਂ ਵੀ ਸਮਾਜ ਦੀਆਂ ਸਮੱਸਿਆਵਾਂ ਨੇ, ਸੰਕਟ ਨੇ ਮਨੁੱਖ ਦੇ ਉੱਤੇ ਆ ਰਹੇ, ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਡਿਸਕਸ ਕਰਦੇ ਹਾਂ, ਔਰ ਡਿਸਕਸ ਕਰਕੇ ਉਹਨਾਂ ਦਾ ਹੱਲ ਲੱਭਣ ਦੀ ਅਸੀਂ ਟਰਾਈ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ, ਔਰ ਇੱਕ ਦੂਸਰੇ ਦੇ ਨਾਲ ਅਸੀਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਇਸ ਸੰਬੰਧ ਵਿੱਚ। ਜੀ, ਧੰਨਵਾਦ।